ਸਾਈਡ 'ਤੇ ਬੜਾ ਬਿਹਤਰੀਨ ਮਾਹੌਲ ਆ ਮਾਸ਼ਾਅੱਲਾ, ਅਤੇ ਘਾਸ ਵਗੈਰਾ ਬਹੁਤ ਜ਼ਬਰਦਸਤ ਹੋ ਗਏ ਨੇ। ਖਜੂਰਾਂ ਵੀ ਲੱਗੀਆਂ, ਨਿੰਬੂ, ਖਜੂਰਾਂ, ਜਾਮਣ, ਮੈਂਗੋ, ਬਾਗਾਤ ਆ ਪਿੰਡ ਦੇ ਬਿਲਕੁਲ ਮੋਢੇ 'ਚ, ਅਤੇ ਤੁਹਾਨੂੰ ਨਜ਼ਾਰਾ ਕਰਾ ਰਹੇ ਹਾਂ। ਲਾਈਕ ਕਰੋ ਵੀਡੀਓ ਨੂੰ, ਸ਼ੇਅਰ ਕਰੋ। ਨੈਕਸਟ ਵੀਡੀਓ ਇਨਸ਼ਾਅੱਲਾ ਬਹੁਤ ਬਿਹਤਰੀਨ ਆਉਣ ਵਾਲੀ ਆ, ਅਤੇ ਵਿਖਾਉਂਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਬੜਾ ਬਿਹਤਰੀਨ ਮਾਹੌਲ। ਖਜੂਰਾਂ ਹੁਣ ਪੱਕਣ ਦੇ ਨਜ਼ਦੀਕ ਨੇ, ਤਕਰੀਬਨ 3-4 ਹਫ਼ਤੇ ਦੇ ਅੰਦਰ ਅੰਦਰ ਹੋ ਜਾਣੀਆਂ ਨੇ। ਐਤਕਾਂ ਬਾਰਿਸ਼ ਔਰ ਮੌਸਮ ਗਰਮ ਸੀ ਬਹੁਤ ਜ਼ਿਆਦਾ, ਖਜੂਰਾਂ ਨੂੰ ਕੁਛ ਕਲੀਅਰ ਨਹੀਂ ਹੈਗੀਆਂ, ਇੰਨੀਆਂ ਨਹੀਂ ਹੈ ਵੀ ਮਤਲਬ ਜਿੱਦੀਆਂ ਹੋਣੀਆਂ ਚਾਹੀਦੀਆਂ ਸੀ। ਵਲਾਲਮ ਕੋਈ ਮੌਸਮ ਦੀ ਵਜ੍ਹਾ ਤੋਂ ਜਾਂ ਕਿ ਪਾਣੀ ਨਾ ਹੋਣ ਦੀ ਵਜ੍ਹਾ ਤੋਂ ਕੁਛ ਇਸ ਤਰ੍ਹਾਂ ਪ੍ਰੋਬਲਮ ਹੋਈ ਆ। ਹੁਣ ਤਾਂ ਪਾਣੀ ਖੈਰ ਬਿਹਤਰੀਨ ਆ, ਲੇਕਿਨ ਇਸ ਤੋਂ ਪਹਿਲੇ ਜਦੋਂ ਜ਼ਰੂਰਤ ਸੀ ਉਦੋਂ ਪਾਣੀ ਥੋੜ੍ਹਾ ਜਿਹਾ ਘੱਟ ਸੀ, ਅਤੇ ਇਸ ਕਰਕੇ ਸ਼ਾਇਦ। ਅਤੇ ਅਸੀਂ ਇਸ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵੀਡੀਓ 'ਚ। ਆਪਣਾ ਖਿਆਲ ਰੱਖਿਓ, ਆਪਣੇ ਆਸ ਪਾਸ ਦੋਸਤਾਂ ਦਾ, ਆਪਣੇ ਆਂਢ ਗੁਆਂਢ ਦਾ, ਆਪਣੇ ਪਿਆਰਿਆਂ ਦਾ, ਅਤੇ ਸਾਡਾ ਵੀ ਨਾਲ ਹੀ। ਅਤੇ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਤਾਂ ਕਿ ਇੱਕ ਦੂਸਰੇ ਦੇ ਨਾਲ ਜੁੜੇ ਰਹੀਏ ਅਸੀਂ, ਅਤੇ ਇੱਕ ਦੂਸਰੇ ਨੂੰ ਗਰੋ ਕਰਨ ਦੇ ਵਿੱਚ ਮਦਦ ਕਰੀਏ। ਪਾਕਿਸਤਾਨ ਦੇ ਹਾਲਾਤ ਸਭ ਦੇ ਸਾਹਮਣੇ ਹੀ ਹੈ, ਅਤੇ ਇਸੇ ਤਰ੍ਹਾਂ ਹੀ ਇੱਕ ਦੂਸਰੇ ਦੀ ਹੈਲਪ ਕਰਕੇ ਕੁਛ ਨਾ ਕੁਛ ਅਸੀਂ ਕਰ ਸਕਦੇ ਹਾਂ। ਅਤੇ ਜਿਹਨੂੰ ਜੋ ਕੋਈ ਨਵੀਂ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰੇ, ਸ਼ੇਅਰ ਕਰੇ, ਲਾਈਕ ਕਰੇ। ਨਵੀਂ ਵੀਡੀਓ 'ਚ ਆ ਰਹੇ ਹਾਂ ਅਸੀਂ ਨੈਕਸਟ ਵਲੋਗ ਰਿਵਿਊ ਲੈ ਕੇ। ਮਾਸ਼ਾਅੱਲਾ ਪੱਠੇ ਦੇਖੋ, ਬਾਗ ਤੋਂ ਵੀ, ਬੂਟਿਆਂ ਤੋਂ ਵੀ ਉੱਚੇ ਹੋ ਰਹੇ ਨੇ, ਚਰੀ ਹੈ ਜਵਾਰ। ਓਕੇ ਜੀ, ਅੱਲਾ ਹਾਫਿਜ਼।